ਅੰਦਰੋਂ ਲੱਗਦਾ ਸੀ ਕਿ ਕੈਨੇਡਾ ਆਪਣੇ ਪੈਰਾਮੀਟਰ ਐਡਮਿਸ਼ਨ ਦੇ ਕਦੀ ਥੱਲੇ ਨਹੀਂ ਕਰਦਾ, ਉੱਪਰ ਜ਼ਰੂਰ ਕਰੇਗਾ। ਹੁਣ ਜੋ ਨਵੀਂ ਅਨਾਊਂਸਮੈਂਟ ਕਰ ਦਿੱਤੀ ਗਈ ਸੀ, ਜਿਹੜੇ ਅਲੱਗ ਅਲੱਗ ਟੈਸਟ ਨੇ ਉਹਨਾਂ 'ਚੋਂ ਜਿਹੜੇ ਮੇਜਰ ਟੈਸਟ ਹੈ, ਇਹ ਸਾਰੇ ਹੁਣ SGS ਕੈਟਾਗਰੀ 'ਚ ਕੰਸਿਡਰ ਹੋਣਗੇ। SGS ਕੈਟਾਗਰੀ 'ਚ ਆ ਜਾਂਦਾ ਰਸ਼ ਬਹੁਤ ਜ਼ਿਆਦਾ ਵਧਣਾ ਸੀ, ਜੇ ਰਸ਼ ਵੱਧਦਾ ਤਾਂ ਰਿਫਿਊਜ਼ਲ ਰੇਟ ਹੋਰ ਵਧਣਾ ਸੀ। ਈਵਨ ਕਿ ਇੱਕ ਮਡਿਊਲ ਸਾਡੇ ਪਿੰਡ ਬੈਂਡ 'ਚ ਵੀ 3 ਵੀਜ਼ੇ ਲੈ ਚੁੱਕੇ। ਓਵਰਆਲ 64 ਚਾਹੀਦੇ, PT 'ਚੋਂ ਈਚ ਨਹੀਂ ਚਾਹੀਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ RS ਗਲੋਬਲ ਇਮੀਗ੍ਰੇਸ਼ਨ ਦੇ ਯੂਟਿਊਬ ਚੈਨਲ ਦੇ ਮਾਧਿਅਮ ਰਾਹੀਂ ਹਰ ਵਾਰ ਤੁਹਾਡੇ ਨਾਲ ਕੈਨੇਡਾ, UK, ਆਸਟ੍ਰੇਲੀਆ ਦੀ ਅਪਡੇਟ ਸਾਂਝੀਆਂ ਕਰਦਾ। ਸੋ ਅੱਜ ਕੈਨੇਡਾ ਦੀ ਬੜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਹੈ। ਉਮੀਦ ਕਰਦਾ ਹਰ ਇੱਕ ਬੱਚੇ ਨੂੰ ਇਸ ਵੀਡੀਓ ਦੀ ਇੰਤਜ਼ਾਰ ਹੋਏਗਾ, ਉਡੀਕ ਹੋਏਗੀ ਕਿ ਕਦੋਂ RS ਗਲੋਬਲ ਆਪਣੀ ਅਪਡੇਟ ਤੁਹਾਡੇ ਨਾਲ ਸਾਂਝੀ ਕਰੇ। ਸੋ 10 ਅਗਸਤ ਆ ਚੁੱਕੀ ਹੈ, ਤੁਸੀਂ ਇੰਡੀਆ 'ਚ ਇਸ ਸਮ ਸੁੱਤੇ ਹੋਵੋਗੇ, ਅੱਜ ਕੈਨੇਡਾ ਦੀ 10 ਅਗਸਤ ਦੀ ਸਵੇਰ ਹੈ। ਸੋ ਜਦੋਂ ਰਾਤੀ ਉੱਠ ਕੇ ਨਿਊਜ਼ ਪੜ੍ਹੀ ਸਵੇਰੇ ਉੱਠ ਕੇ, ਤਾਂ ਕਲੀਅਰ ਹੋ ਗਿਆ ਸਭ ਕੁਛ ਕਿ ਹੁਣ 10 ਅਗਸਤ ਤੋਂ ਬਾਅਦ ਕੀ ਹੋਣਾ। ਜੋ ਅਟਕਲ ਬੱਚੂ ਲੱਗ ਰਹੇ ਸੀ, ਅਫਵਾਹਾਂ ਫੈਲ ਰਹੀਆਂ ਸੀ, ਰੂਮਰ ਚੱਲ ਰਹੇ ਸੀ ਸੋਸ਼ਲ ਪਲੇਟਫਾਰਮ 'ਤੇ, ਕੋਈ ਕਹਿ ਰਿਹਾ ਸੀ ਕਿ ਇੱਕ ਮਡਿਊਲ ਸਾਡੇ ਪਿੰਡ ਬੈਂਡ SGS ਵਿੱਚ ਆ ਗਿਆ, ਕੋਈ ਕਹਿ ਰਿਹਾ ਸੀ ਕਿ 60 ਈਚ PT ਸਕੋਰ ਹੋ ਗਏ। ਸੋ ਬਹੁਤ ਸਾਰੀ ਗੱਲਾਂ ਕਲੀਅਰ ਕਰਨ ਦੀ ਲੋੜ ਆ। ਧਿਆਨ ਨਾਲ ਵੀਡੀਓ ਵੇਖੋ, ਚੰਗੀ ਲੱਗੇ ਤਾਂ ਆਪਣੇ ਦੋਸਤਾਂ ਭੈਣਾਂ ਭਰਾਵਾਂ ਤੱਕ ਸ਼ੇਅਰ ਕਰਿਓ, ਕਿਉਂਕਿ ਇਹ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ। ਮੈਨੂੰ ਵੀ ਇਸ ਗੱਲ ਦੀ ਉਮੀਦ ਸੀ, ਲੱਗਦਾ ਸੀ ਕਿ ਇੱਕ ਮਡਿਊਲ ਸਾਡੇ ਪਿੰਡ ਬੈਂਡ SGS ਕੈਟਾਗਰੀ 'ਚ ਆਏਗਾ, ਬਟ ਅੰਦਰੋਂ ਦਿਲ ਨਹੀਂ ਮੰਨਦਾ ਸੀ। ਪਰ ਜਦੋਂ ਕਿ ਅਫੀਸ਼ੀਅਲ ਸਾਈਟ 'ਤੇ IDP ਨੇ ਪਾਤਾ ਕਿ 1 ਮਡਿਊਲ 5.5 ਵੀ SGS ਕੈਟਾਗਰੀ 'ਚ ਆਜੇਗਾ, ਸ਼ਾਇਦ ਮੰਨਣ ਲਈ ਮਜਬੂਰ ਹੋਣਾ ਪਿਆ। ਬਟ ਅੰਦਰੋਂ ਲੱਗਦਾ ਸੀ ਕਿ ਕੈਨੇਡਾ ਆਪਣੇ ਪੈਰਾਮੀਟਰ ਐਡਮਿਸ਼ਨ 'ਤੇ ਕਦੀ ਥੱਲੇ ਨਹੀਂ ਕਰਦਾ, ਉੱਪਰ ਜ਼ਰੂਰ ਕਰੇਗਾ। ਜਦੋਂ 6 ਬੈਂਡ ਈਚ ਸਾਰੇ ਮਡਿਊਲ 'ਚੋਂ SGS ਕੈਟਾਗਰੀ 'ਚ ਆਲਰੇਡੀ ਇੰਨੇ ਸਾਲਾਂ ਤੋਂ ਚੱਲਦੇ ਆ ਰਹੇ ਹੈ, ਇੱਕ ਮਡਿਊਲ ਕਿਵੇਂ ਹੋ ਜਾਏਗਾ? ਸੋ ਹੁਣ ਜੋ ਨਵੀਂ ਅਨਾਊਂਸਮੈਂਟ ਕਰ ਦਿੱਤੀ ਗਈ ਸੀ, ਜਿਹੜੇ ਅਲੱਗ ਅਲੱਗ ਟੈਸਟ ਨੇ ਉਹਨਾਂ 'ਚੋਂ ਜਿਹੜੇ ਮੇਜਰ ਟੈਸਟ ਹੈ, ਜਿਵੇਂ TOEFL ਦਾ ਟੈਸਟ ਹੈ ਜਾਂ PT ਦਾ ਟੈਸਟ ਹੈ ਜਾਂ IELTS ਦਾ ਟੈਸਟ ਹੈ, ਇਹ ਸਾਰੇ ਹੁਣ SGS ਕੈਟਾਗਰੀ 'ਚ ਕੰਸਿਡਰ ਹੋਣਗੇ। IELTS ਜਨਰਲ ਵੀ ਕੈਟਾਗਰੀ 'ਚ IELTS ਵਿੱਚ SGS ਵਿੱਚ ਕੰਸਿਡਰ ਹੋਏਗਾ। ਸੋ IELTS ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਸੇਮ ਰਹੀ ਹੈ ਜੀ, 6 ਓਵਰਆਲ 6 ਇਨ ਈਚ। PT ਦੀ ਰਿਕੁਆਇਰਮੈਂਟ ਵਿੱਚ ਕਨਫਿਊਜ਼ਨ ਹੈ, ਉਹਦੇ 'ਚ ਮੈਂ ਬਹੁਤ ਸਾਰੇ ਗਰੁੱਪਸ ਪੜ੍ਹ ਰਿਹਾ ਸੀ ਜਿਹੜੇ ਕੰਸਲਟੈਂਟ ਸੀ, ਉਹਦੇ 'ਚ 60 ਕੋਈ ਈਚ ਕਹਿ ਰਿਹਾ, ਮੇ ਬੀ ਸ਼ਾਇਦ ਅੰਗਰੇਜ਼ੀ ਨੂੰ ਪ੍ਰੋਪਰ ਅਸੀਂ ਡਿਟੇਲ 'ਚ ਜਾ ਕੇ ਪੜ੍ਹੇ ਨਹੀਂ। ਉੱਥੇ ਲਿਖਿਆ 60 ਓਵਰਆਲ ਇਨ ਆਲ 4 ਮਡਿਊਲਸ। ਸੋ ਚਾਰੇ ਮਡਿਊਲ 'ਚੋਂ ਕੁੱਲ ਮਿਲਾ ਕੇ 60 ਚਾਹੀਦੇ ਨੇ, ਈਚ ਨਹੀਂ ਚਾਹੀਦੇ। ਕਲੀਅਰ ਕਰ ਲਿਓ, ਮੈਂ 2 ਵਾਰ ਫਿਰ ਰਿਪੀਟ ਕਰ ਦਿੰਦਾ, PT ਦੀ ਰਿਕੁਆਇਰਮੈਂਟ ਓਵਰਆਲ 60 ਹੈ, ਕਿਸੇ ਇੱਕ ਮਡਿਊਲ 'ਚ 60 ਨਹੀਂ। ਸੋ ਕਿਸੇ 'ਚ 60 ਹੈ, ਕਿਸੇ 'ਚ 59 ਆ, ਕਿਸੇ 'ਚ 54 ਵੀ ਹੈ, ਕਿਸੇ 'ਚ 67 ਹੈ। ਸੋ 60 ਓਵਰਆਲ ਚਾਹੀਦੇ ਨੇ, ਈਚ ਨਹੀਂ ਚਾਹੀਦੇ, ਇਹ PT ਦੀ ਕਲੈਰਿਟੀ ਕਰ ਰਿਹਾ। ਜਿੱਥੇ IELTS ਜਨਰਲ ਦਾ ਸਵਾਲ ਹੈ, 7 ਬੈਂਡਸ ਨੋਟ ਓਵਰਆਲ ਈਚ ਮਡਿਊਲ। ਸੋ IELTS ਜਨਰਲ ਕੀਤਾ ਤਾਂ ਤੁਹਾਨੂੰ 7 ਈਚ ਚਾਹੀਦੇ ਹੈ, PT ਕਰਨਾ 60 ਸਕੋਰ ਓਵਰਆਲ ਚਾਹੀਦੇ ਹੈ। IELTS ਦੀ ਸੇਮ ਜਿਹੜੀ ਅਕੈਡਮਿਕ ਦੀ ਓਵਰਆਲ ਵੀ 6 ਈਚ ਵੀ 6, ਜੋ SGS ਕੈਟਾਗਰੀ 'ਚ ਨੇ। ਬਾਕੀ ਮੈਂ ਨੀਚੇ ਡਿਸਕ੍ਰਿਪਸ਼ਨ ਪਾ ਦਿੰਦਾ, ਜਿਹੜੇ ਬਾਕੀ ਵੀ ਟੈਸਟ ਨੇ ਜਿਵੇਂ TOEFL ਹੈ ਜਾਂ ਸੈਲਪਿਪ ਹੈ, ਉਹਨਾਂ 'ਚ ਤੁਸੀਂ ਕਿੰਨੇ ਕਿੰਨੇ ਬੈਂਡ ਚਾਹੀਦੇ ਤੁਹਾਨੂੰ ਪੂਰੀ ਨੀਚੇ ਡਿਸਕ੍ਰਿਪਸ਼ਨ ਪਾ ਦਾਂਗਾ, ਪੂਰੀ ਡਿਟੇਲ ਤੁਸੀਂ ਪੜ੍ਹ ਸਕਦੇ ਹੋ। ਇਹਦੇ ਨਾਲ ਇੱਕ ਹੋਰ ਫਾਇਦਾ ਜ਼ਰੂਰ ਹੋਇਆ, ਜਿੱਥੇ ਪ੍ਰੋਸੈਸਿੰਗ ਟਾਈਮ ਵਧਣ ਦੇ ਅਸਾਰ ਸੀ, ਐਪਲੀਕੇਸ਼ਨ ਜ਼ਿਆਦਾ ਆਉਣ ਦੇ ਅਸਾਰ ਸੀ, ਸੋ ਉੱਥੇ ਕਿਤੇ ਕਿਤੇ ਮੈਨੂੰ ਲੱਗਦਾ ਕਿ ਇਹ ਵਧੀਆ ਵੀ ਹੈ ਸਟੂਡੈਂਟ ਸੀ, ਕਿਉਂਕਿ ਅਗਰ ਇੱਕ ਮਡਿਊਲ ਸਾਡੇ ਪਿੰਡ ਬੈਂਡ SGS ਕੈਟਾਗਰੀ 'ਚ ਆ ਜਾਂਦਾ ਰਸ਼ ਬਹੁਤ ਜ਼ਿਆਦਾ ਵਧਣਾ ਸੀ, ਜੇ ਰਸ਼ ਵੱਧਦਾ ਤਾਂ ਰਿਫਿਊਜ਼ਲ ਰੇਟ ਹੋਰ ਵਧਣਾ ਸੀ। ਪਿਛਲੇ ਤਕਰੀਬਨ 6 ਤੋਂ 8 ਹਫ਼ਤਿਆਂ 'ਚ ਗੱਲ ਕਰਦਾ, ਵੀਜ਼ਾ ਸਕਸੈਸ ਰੇਟ ਸਾਡਾ 95% ਪਲੱਸ ਹੋ ਚੁੱਕਿਆ RS ਗਲੋਬਲ ਦਾ। ਈਵਨ ਕਿ ਇੱਕ ਮਡਿਊਲ ਸਾਡੇ ਪਿੰਡ ਬੈਂਡ 'ਚ ਵੀ 3 ਵੀਜ਼ੇ ਲੈ ਚੁੱਕੇ ਹਨ। ਕੱਲ੍ਹ PT ਦੇ ਰਿਜ਼ਲਟ ਆਏ, ਇੱਕ ਮਡਿਊਲ 52, ਇੱਕ ਮਡਿਊਲ 54 'ਚੋਂ ਵੀਜ਼ੇ ਵੀ ਆਏ ਨੇ। ਸੋ ਵਧੀਆ ਕਿਤੇ ਨਾ ਕਿਤੇ ਪਾਸੇ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਜਿਹੜੇ ਬੱਚਿਆਂ ਦੀ 60 ਸਕੋਰ ਓਵਰਆਲ ਸੀ, ਉਹ ਪਹਿਲਾਂ SGS ਕੈਟਾਗਰੀ 'ਚ ਨਹੀਂ ਹੁੰਦੇ ਸੀ, ਹੁਣ SGS ਕੈਟਾਗਰੀ 'ਚ ਹੋਣਗੇ। ਸੋ ਵੀਜ਼ਾ ਸਕਸੈਸ ਵੀ ਵਧੇਗਾ, ਟਾਈਮ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ, ਜਿੱਥੇ ਉਹ 4-4, 5-5 ਹਫ਼ਤੇ ਕਈ ਵਾਰ ਲੱਗਦੇ ਸੀ, 6-6 ਹਫ਼ਤੇ ਲੱਗਦੇ ਸੀ, 20 ਡੇਜ਼ ਲਿਖ ਕੇ ਪਾ ਦਿੱਤਾ ਕਿ ਹੁਣ 20 ਡੇਜ਼ ਵਿੱਚ ਅਸੀਂ SGS ਕੈਟਾਗਰੀ ਰਿਜ਼ਲਟ ਦੇਵਾਂਗੇ। ਹੁਣ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਨੌਨ SGS ਕੈਟਾਗਰੀ ਵੀਜ਼ਾ ਅਪਲਾਈ ਨਹੀਂ ਕਰ ਸਕਦੇ, ਬੇਸ਼ੱਕ ਅਪਲਾਈ ਕਰ ਸਕਦੇ ਹੋ। ਇਸ ਗੱਲ ਦਾ ਖਿਆਲ ਰੱਖਿਓ, 1 ਸਾਲ ਦੀ ਫੀਸ ਭਰਨੀ, 1 ਸਾਲ ਦਾ GAC ਭਰਨਾ, ਨਾਲ ਆਪਣੇ ਅਗਲੇ ਸਾਲ ਦੇ ਫੀਸ ਦਾ ਵੇਰਵਾ ਜ਼ਰੂਰ ਦੇਣਾ। ਫਾਈਨੈਂਸ਼ੀਅਲ ਡਾਕੂਮੈਂਟ ਦੇ ਆਧਾਰ ਦੇ ਉੱਤੇ ਪਿੱਛੇ ਵੀਜ਼ੇ ਵੀ ਲੱਗਦੇ ਆ, ਅੱਗੇ ਵੀ ਲੱਗਣਗੇ। ਫਰਜ਼ ਕਰੋ ਤੁਹਾਡੀ ਸਾਲ ਦੀ ਫੀਸ 10 ਲੱਖ ਰੁਪਇਆ, ਤੁਸੀਂ 10 ਲੱਖ ਪਲੱਸ, ਯਾਨੀ ਕਿ 11-12-14 ਲੱਖ ਰੁਪਇਆ ਆਪਦੇ ਪਰਿਵਾਰਕ ਮੈਂਬਰਾਂ ਨਾਲ ਉੱਤੇ ਦਿਖਾਉਣਾ। ਆਪਣੇ ਪਰਿਵਾਰ ਦੀ ਸਲਾਨਾ ਆਮਦਨ 10 ਲੱਖ ਪਲੱਸ ਦਿਖਾਉਣੀ ਹੈ। ਆਪਾਂ ਕਰਦੇ ਕੀ ਹੈ, 3 ਲੱਖ ਦੀ ਰਿਟਰਨ ਭਰੀ ਅਤੇ ਨਾਲ CA ਰਿਪੋਰਟ ਲਾਤੀ, 6 ਕਰੋੜ ਦੀ ਸਾਡੇ ਕੋਲ ਨੈਟਵਰਥ ਹੈ, ਕੋਈ ਵੈਲਿਊ ਨਹੀਂ CA ਰਿਪੋਰਟ ਦੀ। ਸੋ ਅਗਰ ਤੁਸੀਂ ਰਿਟਰਨ 10 ਲੱਖ ਦੀ ਲਗਾ ਰਹੇ ਹੋ, 5 ਲੱਖ ਫਾਦਰ ਦੀ, 5 ਲੱਖ ਮਦਰ ਦੀ, ਜਾਂ 2-4 ਲੱਖ ਗ੍ਰੈਂਡ ਪੇਰੈਂਟਸ ਦੀ, 10 ਲੱਖ ਪਲੱਸ ਅਗਰ ਫੈਮਿਲੀ ਦੀ ਇਨਕਮ ਲਗਾ ਰਹੇ ਹੋ, 10 ਲੱਖ ਪਲੱਸ ਦੇ ਫੰਡਸ ਲਗਾ ਰਹੇ ਹੋ, ਓਵਰਆਲ 60 'ਚੋਂ PT ਸਕੋਰ ਹੈ, SGS ਕੈਟਾਗਰੀ 'ਚ ਵੀਜ਼ਾ ਆਏਗਾ।
अगर ओवरऑल 60 नहीं भी है 58 59 है तो भी नॉन एस डी कैटेगरी चंगा रेलीवेंट कोर्स लैके एस ओ पी सोहने तरीके बना के जो कन्विंस करे वीजा ऑफिसर कि यह बच्चा एक जैनुअन स्टूडेंट है ਤੁਹਾਡਾ ਕੋਰਸ ਜਿਹੜਾ ਪ੍ਰੋਗਰੈਸ਼ਨ ਰੂਟ ਦਾ ਹੋਵੇ ਜੋ ਤੁਹਾਨੂੰ ਉੱਪਰਲੇ ਲੈਵਲ ਦੀ ਪੜ੍ਹਾਈ ਹੈ ਔਰ ਤੁਹਾਨੂੰ ਫਿਊਚਰ ਦੇ ਪ੍ਰੋਸਪੈਕਟਸ ਦੱਸਦਾ ਹੋਵੇ ਕਿ ਪੜ੍ਹਾਈ ਤੋਂ ਬਾਅਦ ਮੇਰੇ ਫਿਊਚਰ ਪਲਾਨਸ ਕੀ ਹੋਣਗੇ ਦੁਨੀਆ ਦੀ ਕੋਈ ਤਾਕਤ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦੀ ਇਹ ਇੱਕ ਸਾਇੰਸ ਔਰ ਆਰਟ ਦਾ ਮਿਸ਼ਰਣ ਹੈ ਵੀਜ਼ਾ ਲੈਣਾ 16 ਸਾਲਾਂ 'ਚ ਮਿਹਨਤ ਕਰਕੇ ਸਿੱਖਿਆ ਕਿ ਸਾਇੰਸ ਕੀ ਹੈ ਅਤੇ ਆਰਟ ਕੀ ਹੈ ਜਦੋਂ ਕਲੱਬ ਕਰਦੇ ਹਾਂ ਤਾਂ ਵੀਜ਼ਾ ਲੈਣ ਦੀ ਅਕਲ ਆ ਜਾਂਦੀ ਹੈ ਸੋ ਆਰ ਐਸ ਗੋਬਲ ਦੀ ਟੀਮ ਨਾਲ ਮਿਲ ਕੇ ਆਪਦਾ ਐਸ ਡੀ ਐਸ ਕੈਟਾਗਰੀ 'ਚ ਜਾਂ ਨੋਨ ਐਸ ਡੀ ਐਸ ਕੈਟਾਗਰੀ 'ਚ ਵੀਜ਼ਾ ਲੈਣਾ ਚਾਹੁੰਦੇ ਹੋ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਪੰਜ ਵਾਰ ਰਿਫਿਊਜ਼ ਹੋ ਚੁੱਕੇ ਹੋ ਤਾਂ ਵੀ ਆਰ ਐਸ ਗੋਬਲ ਦੀ ਟੀਮ ਦਾਅਵਾ ਕਰਦੀ ਹੈ ਵੀਜ਼ਾ ਲਿਆ ਜਾ ਸਕਦਾ ਕੈਨੇਡਾ ਦਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ ਪਬਲਿਕ ਕਾਲਜ ਪੜ੍ਹਨਾ ਚਾਹੁੰਦੇ ਹੋ ਯੂਨੀਵਰਸਿਟੀ ਪੜ੍ਹਨਾ ਚਾਹੁੰਦੇ ਹੋ ਵਾਈਡ ਰੇਂਜ ਆਫ ਆਪਸ਼ਨਸ ਜਨਵਰੀ ਇਨਟੇਕ ਦੇ ਰਸਤੇ ਖੁੱਲ੍ਹੇ ਆ ਨਵੰਬਰ ਇਨਟੇਕ ਅਕਤੂਬਰ ਇਨਟੇਕ ਵਿੱਚ ਪ੍ਰਾਈਵੇਟ ਕਾਲਜ ਦੇ ਰਸਤੇ ਖੁੱਲ੍ਹੇ ਆ ਜੇ ਤੁਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ ਤਮਾਮ ਸਾਰੀ ਅਪਡੇਸ਼ਨ ਦੇ ਨਾਲ ਇੱਕ ਫਿਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਊਂਗਾ ਬਟ ਇਸ ਗੱਲ ਦਾ ਖਿਆਲ ਰੱਖਿਓ ਓਵਰਆਲ 60 ਸਕੋਰ ਚਾਹੀਦੇ ਪੀ ਟੀ 'ਚੋਂ ਈਚ ਨਹੀਂ ਚਾਹੀਦਾ ਆਇਲ 6 ਚਾਹੀਦੇ ਈਚ ਜਨਰਲ ਆਇਲਸ ਕੀਤਾ ਤਾਂ 70 ਚਾਹੀਦੇ ਤੁਸੀਂ ਆਪਣੀ ਫਾਈਲ ਐਸ ਜੀ ਇਸ ਕੈਟਾਗਰੀ 'ਚ ਅਪਲਾਈ ਕਰ ਸਕਦੇ ਹੋ ਨਵੀਂ ਵੀਡੀਓ ਲੈ ਕੇ ਨਵੇਂ ਟੋਪਿਕ ਨਾਲ ਫਿਰ ਡੂਬਰੂ ਹਾਜ਼ਰ ਹੋਊਂਗਾ ਤਦ ਤੱਕ ਜਿਉਂਦੇ ਵਾਸਤੇ ਰਹੋ ਰੱਬ ਰੱਖਾਂ ਸਤਿ ਸ਼੍ਰੀ ਅਕਾਲ।